ਉਹ ਲਾਂਸਰ ਜਾਂਦੀ ਵੱਢਦੀ ਫਾਹੇ ਜੀ। ਜਿਹਨੇ ਵੀ ਪੈਸੈਂਜਰ ਜਿਹਨੇ ਵੀ ਜਾਣ ਕੇ ਜਾਣਾ ਆਦੀ ਕੰਟਰੀ ਸ਼ੋਪਿੰਗ ਕਰਨ ਲਈ ਬੈਗ ਇੱਥੋਂ ਲੈ ਸਕਦਾ ਹੈ ਨਾ। ਉਹ ਕਿੰਨਾ ਪ੍ਰਾਈਸ ਹੈਗਾ ਨਾ? 55 ਆਈ ਥਿੰਕ 55 ਓਕੇ। ਕੀ ਚਾਹੀਦਾ ਤੈਨੂੰ? ਤੈਨੂੰ ਧੱਕੇ ਚਾਹੀਦੇ ਮੇਰੇ ਤੋਂ? ਅਤੇ ਸ਼ੋਪਿੰਗ ਸਾਡੀ ਹੋ ਰਹੀ ਆ, ਕਿਉਂ ਜ਼ਾਕੀ? ਉੱਤੇ ਜੀ ਓਕੇ ਆ ਬਾਈ, ਇਹ ਡਨ। ਉੱਤੇ ਦੇਖ ਜਾ ਕੇ ਸਾਈਜ਼ 'ਤੇ। ਲਓ ਵੀ ਦੋਸਤੋ, ਗੱਡੀ ਲਾ ਦੀ ਆਪਾਂ ਇੱਥੇ। ਅਤੇ ਵੈਲਕਮ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ। ਅਤੇ ਅੱਜ ਕਿੱਥੇ ਚੱਲੇ ਆਪਾਂ? ਘੁੰਮਣ ਘੁੰਮਣ ਕਹਾਣੀ। ਅਸੀਂ ਇੱਥੋਂ ਨਿਕਲ ਕੇ ਆਲਵੇਜ਼ ਆਪਣੀਆਂ ਗੱਡੀਆਂ 'ਚ ਜਾਣਾ ਹੁੰਦਾ। ਅਤੇ ਚੱਲਦੇ ਹਾਂ ਅੱਜ ਤੁਹਾਨੂੰ ਦਿਖਾਉਂਦੇ ਹਾਂ ਦੁਬਈ ਦਾ ਇੱਕ ਬੈਸਟ ਵਧੀਆ ਮੌਲ। ਠੀਕ ਆ, ਚਲੋ ਵੀ ਮੈਡਮ ਫਿਰ ਸਿੱਧਾ ਮੌਲ ਜਾ ਕੇ ਬਬਾਸ। ਲਓ ਵੀ ਦੋਸਤੋ, ਸਫ਼ਰ ਅਸੀਂ ਆਪਦਾ ਕਰਤਾ ਸਟਾਰਟ। ਅਤੇ ਥੋੜ੍ਹੀ ਏ ਸੀ ਦੀ ਆਵਾਜ਼ ਆਉਂਦੀ ਹੋਣੀ ਆ, ਉਹਦੇ ਲਈ ਮਾਜ਼ਰਤ। ਆਫੂ, ਯੂ ਆਰ ਸੋ ਬਲੈਕ, ਸੋ ਬਲੈਕ, ਯੂ ਆਰ ਬਲੈਕ। ਅਤੇ ਪੂਲ ਦੇ ਵਿੱਚ ਨਾ ਨਾ ਕੇ ਟੈਨ ਹੋਈ ਫਿਰਦੀ ਹੈ। ਇਹ ਆਪਾਂ ਲੈ ਕੇ ਚੱਲਿਆ ਬੰਦਾ ਐਜ ਯੂਜਲ ਜੋ ਆਪਣੇ ਨਾਲ ਹੁੰਦਾ ਵਾ। ਹੈ ਸਲੀਮੇ, ਕੀ ਗੱਲਬਾਤ ਕਰਨੀ ਹੈ ਸਰ? ਦੱਸਦੇ, ਆਪਾਂ ਵਲੌਗ ਅਪਲੋਡ ਕੀਤਾ ਵਾ 1.25 ਲੱਖ ਵਾਲੀ ਚਾਹ ਵਾਲਾ, ਜਿਹਨੇ 1.25 ਲੱਖ ਦੀ ਚਾਹ ਪੀਤੀ ਹੈ। ਅਤੇ ਥੋੜ੍ਹੇ ਬਹੁਤ ਜਿਹੜਾ ਪੀਂਦਾ ਤਕੜਾ ਬੰਦਾ ਲੱਗਦਾ ਮੈਨੂੰ, ਥੋੜ੍ਹਾ ਬਹੁਤਾ ਉਹ ਪਿਆਰ ਮੁਹੱਬਤ ਉਹਨੂੰ ਵੀ ਦੇ ਦਿਓ ਜਾ ਕੇ। ਅਤੇ ਹੁਣ ਤੁਹਾਨੂੰ ਅਸੀਂ ਥੋੜ੍ਹਾ ਬਾਹਰਲਾ ਮਾਹੌਲ ਦਿਖਾ ਕੇ ਸਿੱਧਾ ਫਿਰ ਮਾਹੌਲ 'ਚ ਹੀ ਮਿਲਦੇ ਹਾਂ। ਚੰਗਾ ਜੀ, ਬਸ ਛੁੱਟੀ ਦਾ ਦੇਣਾ, ਛੁੱਟੀ ਇੰਜੋਏ ਕਰ ਲਈ। ਕਿਆ ਵਧੀਆ ਏਰੀਆ ਸਰ ਮੈਂ ਹੈ, ਏਰੀਆ ਦਾ ਘੈਂਟ ਆ, ਏਰੀਆ ਘੈਂਟ ਆ ਬਈ। ਬਸ ਇਹ ਹੁੰਦਾ ਪਾਰਕਿੰਗ ਦੂਰ ਨਾ ਲੱਗ ਜੇ ਯਾਰ। ਤੁਹਾਡੀ ਡਿਗਰੀ ਤੇ ਉਹ ਉੱਤੋਂ ਦੀ ਵੀ ਦਿਖਾਈ ਜਾਂਦਾ ਇੱਥੋਂ। ਆਪਾਂ ਸਾਊਥ ਪਾਰਕਿੰਗ ਆਪਾਂ ਫਿਰ ਸਾਊਥ ਇੰਡੀਆ ਆ ਗਿਆ ਹੁਣ ਸੋਰੀ ਪਾਰਕਿੰਗ ਖਾਲੀ ਪਈ ਆ, ਸੋਰੀ ਪਾਰਕਿੰਗ ਖਾਲੀ ਪਈ ਆ, ਉਧਰ ਗੱਡੀਆਂ ਖੜੀਆਂ ਸਰ। ਇਹ ਤੂੰ ਪਾਰਕਿੰਗ ਦਾ ਦੇਖ ਲਾ ਕਿੰਨੀ ਆ, ਹਾਂ ਕਿੰਨੇ ਹਜ਼ਾਰਾਂ ਚ ਗੱਡੀ ਲੱਗ ਜੂ ਇੱਥੇ। ਉਹ ਦੇ ਆ ਫੁੱਲ ਹੀ ਆ ਬਾਈ ਇਧਰਲੀ ਸਾਈਡ।
ਚੱਲ ਬਈ ਲਈਏ ਮੱਖਣਾ ਲੱਗਦਾ ਆਪਾਂ ਦੂਰ ਲਾ ਦਾਂਗੇ ਇੱਧਰ ਬਾਈ ਨਹੀਂ ਨੇੜੇ ਦਰਵਾਜ਼ਿਆਂ ਕੋਲ ਲਾਉਣੀ ਆਪਾਂ ਗੇਟਾਂ ਜਿਹਾਂ ਕੋਲੇ ਤੇ ਗੇੜਾ ਕੱਢ ਲਾ ਹੈ ਕਿਹੜੀ ਸਰ ਲਓ ਵੀ ਦੋਸਤੋ ਗੱਡੀ ਲਾ ਦੀ ਆਪਾਂ ਇੱਥੇ ਉਹ ਪਿੱਲਰ ਦੀ ਫੋਟੋ ਲੈ ਲਈ ਚਲੋ ਬਈ ਯਾਦ ਰੱਖਿਓ ਯਾਦ ਕਿਉਂਕਿ ਭੁੱਲਣਾ ਨਹੀਂ ਚਾਹੁੰਦੇ ਆਪਾਂ ਟਿੰਡੀ ਉਹ ਟਿੰਡੀ ਆ ਜਾ ਬੇਬੀ ਸੈਕਸ਼ਨ ਜਾ ਬੇਬੀ ਸੈਕਸ਼ਨ ਮੇਰਾ ਸਾਈਜ਼ ਹੈ ਉੱਥੇ ਦੇਖ ਜਾ ਕੇ ਸਾਈਜ਼ ਤੇ ਤੁਸੀਂ ਤਾਂ ਉਹ ਚੱਲ ਇਹ ਬਣ ਲੈ ਕਿੱਥੋਂ ਚੱਕੇ ਆ ਤੈਨੂੰ ਪਤਾ ਤੇਰਾ ਸਾਈਜ਼ ਕਿਹੜਾ ਹੁਣ ਕਿਹੜੇ ਠੀਕ ਆ ਤੇਰੇ ਲਈ ਛੋਟੇ ਜਿਹੇ ਛੋਟੇ ਜਿਹੇ ਤੇਰੇ ਹੁੰਦੇ ਚੱਲ ਲੱਭਦੇ ਆ ਫਿਰ ਛੋਟੇ ਜਿਹੇ ਨਾ ਤੇ ਕੋ ਵਾਈਟ ਹੈਗੇ ਆ ਹੈਗੇ 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 ਵਾਈਟ ਕਰੇ ਨਹੀਂ ਕਰੇ ਹੈਗੇ ਕਰੇ ਵਾਈਟ ਹੈ ਕਰੇ ਠੀਕ ਆ ਫਿਰ ਆ ਲੈ ਲਾ ਓਕੇ ਆ ਹਨਾ ਬਾਈ ਇਹ ਡਨ ਇਹ ਓਕੇ ਕਲਾਸ ਚੀਜ਼ ਲੈ ਲਈ ਓਕੇ ਆ ਲਿਖ ਲਓ ਵਧੀਆ ਜਮਾ ਓਕੇ ਬੰਦਾ ਸਮਾਰਟ ਬਣਾ ਦੇਣਾ ਅੱਜ ਆਪਾਂ ਹੈ ਸਮਾਰਟ ਬਣਾ ਦੇਣਾ ਅੱਜ ਨਵੇਂ ਕੋ ਰਿਹਾ ਕੰਮ ਪੂਰਾ ਵਧੀਆ ਚੱਲ ਠੀਕ ਹਿਸਾਬ ਤਾਂ ਭਰ ਚੱਲਿਆ ਝੋਲਾ ਇਹ ਚਲ ਆ ਜਾ ਇਹ ਸ਼ੋਪਿੰਗ ਨਹੀਂ ਕਰਨ ਦਿੰਦੇ ਰੌਲਾ ਵੱਧ ਪਾਉਂਦੇ ਆ ਚੱਲ ਆ ਜਾ ਫਿਰ ਲਈਏ ਤੇਰੇ ਲਈ ਅਤੇ ਸ਼ੋਪਿੰਗ ਸਾਡੀ ਹੋ ਰਹੀ ਆ ਕਿਉਂ ਜ਼ਾਕੀ ਉਹ ਤੇਰੀ ਇੱਦਾਂ ਥੋੜ੍ਹਾ ਕਰਦੇ ਹੁੰਦੇ ਓਏ ਟਿੰਡਿਆ ਚਲੋ ਬਈ ਇਹ ਹੁਣ ਤੁਹਾਨੂੰ ਕੀ ਦਿਖਾਈਏ ਅਸੀਂ ਕੀ ਜਿੱਦਾਂ ਇਹ ਕੋਈ ਇਹਨਾਂ ਨੂੰ ਕੰਟਰੋਲ ਕਰਨਾ ਸੌਖਾ ਕਿਤੇ ਆਹ ਹੁਣ ਆਹ ਗੱਡੀ ਦੀ ਡਿਮਾਂਡ ਪਾਈ ਹੋਈ ਹੈ ਇਹਨਾਂ ਨੇ ਆਹ ਵਾਲੀ ਗੱਡੀ ਕਹਿ ਰਿਹਾ ਸੀ ਆ ਜਾ ਆ ਜਾ ਆ ਜਾ ਜਾ ਆਏ ਬਹਿਣਾ ਪੈਣਾ ਇੱਥੇ ਤੈਨੂੰ ਇੱਥੇ ਬੈਠਣਾ ਪੈਣਾ ਸੀ ਸ਼ੋਪਿੰਗ ਕਰਕੇ ਆਵਾਂ ਉਹ ਰੁੱਸਿਆ ਜਾਂਦਾ ਹੁਣ ਉਹ ਭੱਜ ਗਿਆ ਹੁਣ ਮੈਨੂੰ ਪਤਾ ਮਾਲ 'ਚ ਵੀ ਐਂ ਫਿਰਦਾ ਜੀ ਪਿਓ ਦਾ ਘਰ ਹੁੰਦਾ ਉਹਦੇ ਇਹ ਲੱਗਦਾ ਵੀ ਇਹਦੇ ਪਿਓ ਦੇ ਸ਼ੇਅਰ ਚੱਲਦੇ ਹੋ ਗਿਆ ਰੱਸ ਗਿਆ ਹੱਸ ਨਾ ਦੂਤੀ
ਇੱਥੇ ਖਿਲਾਰ ਦੂ ਸਾਰਾ ਕੁਛ। ਅਸੀਂ ਹੁਣ ਨਿਕਲ ਕੇ ਦੂਜੀ ਦੁਕਾਨ ਤੇ ਆਏ ਹਾਂ, ਮਤਲਬ ਸ਼ੋਰੂਮ ਜੇ ਚ। ਤੈਨੂੰ ਧੱਕੇ ਚਾਹੀਦੇ ਮੇਰੇ ਤੋਂ। ਪ੍ਰਾਈਸ ਸੀਗਾ ਦੇਖੀ ਕਾਪੀ ਆ ਇੱਕ, ਇਹਨਾਂ ਦੋਨੋਂ ਦਾ ਸੇਮ ਪਵਾ ਆਉਂਗੇ ਫਿਰ ਸ਼ੋਪਿੰਗ ਆਪਣੀ ਹੋ ਰਹੀ ਆ ਤੇ ਸਟਿਲ ਆਪਾਂ ਹਲੇ ਮਾਲ ਦੇ ਵਿੱਚ ਹੀ ਆ। ਹਲੇ ਪਹਿਲਾਂ ਅਸੀਂ ਆਪਦੇ ਲਈ ਟੀ ਸ਼ਰਟਾਂ ਸ਼ਰਟਾਂ ਵਗੈਰਾ ਲਈਆਂ ਸੀ ਤੇ ਹੁਣ ਜਵਾਕਾਂ ਲਈ ਹੋ ਰਹੀਆਂ ਨੇ, ਫਿਰ ਉਸ ਤੋਂ ਬਾਅਦ ਖਾਣ ਪੀਣ ਦਾ ਦੇਖਾਂਗੇ। ਸਮਝ ਗਏ? ਖਾਣ ਪੀਣ ਨਹੀਂ ਛੱਡ ਸਕਦਾ, ਕੱਪੜੇ ਛੱਡ ਸਕਦੇ। ਚੱਲ ਯਾਰ, ਅੱਛੀ ਕੁਆਲਿਟੀ ਦੇ ਬੈਗ ਪਏ ਨੇ ਇੱਥੇ। ਚਲੇ ਮੈਂ ਯੈਲੋ ਵੀ ਆਏ ਓਨਲੀ 145 ਦਰਮ, ਯੂ ਕੈਨ ਸਿਲੈਕਟ ਇਟ। ਅੱਛਾ, ਕਲਰ ਦੂਜੇ ਵੀ ਵਧੀਆ ਕਿਉਂ? ਜਿਹਨੇ ਵੀ ਪੈਸੈਂਜਰ ਜਿਹਨੇ ਵੀ ਜਾਣ ਕੇ ਜਾਣਾ ਆਦੀ ਕੰਟਰੀ ਸ਼ੋਪਿੰਗ ਕਰਨ ਲਈ ਬੈਗ ਇੱਥੋਂ ਲੈ ਸਕਦਾ, ਹੈ ਨਾ? ਕੀ ਹੋ ਰਿਹਾ ਆਪੂ, ਸ਼ੋਪਿੰਗ ਹੋ ਗਈ? ਡਨ, ਵਾਟ ਯੂ ਵੇਟਿੰਗ? ਮੈਡਮ ਪਰਸ ਐਂ ਰੱਖਦੇ, ਪ੍ਰਿੰਸੀਪਲ ਹੁੰਦੀ ਸਕੂਲ ਦੀ ਹੈ। ਚਲੋ ਬਾਈ, ਲੋ ਵੀ ਦੋਸਤੋ, ਸ਼ੋਪਿੰਗ ਹੋ ਗਈ ਆ। ਉਹਦੇ ਕੋਲ ਆ, ਮੇਰੇ ਕੋਲ ਕੁਝ ਨਹੀਂ ਆ। ਹਾਂ, ਕੁਝ ਨਹੀਂ ਆ। ਓਏ, ਐਨਕਾਂ ਬੜੀਆਂ ਸੋਹਣੀਆਂ ਯਾਰ, ਕਿੱਥੋਂ ਲਈਆਂ? ਹੈ ਨਹੀਂ ਲਈਆਂ, ਨਵੀਆਂ, ਕਿਉਂ ਨਾਲ ਹੀ ਲਾ ਲੀਆਂ। ਹੁੰਦੇ ਆ, ਠੀਕ ਆ। ਬਹੁਤ ਪਾ ਲੈਂਦਾ ਹੁੰਦਾ, ਸਿਲੈਕਟਡ ਪਾ ਲਾ ਸਾਰੀਆਂ ਵਧੀਆ। ਅੱਛਾ,
ਪਰ ਕੇ ਜੀ ਪ੍ਰਾਈਸ। ਉਹ ਮਿਲ ਗਿਆ ਤੁਹਾਨੂੰ ਇੱਧਰ ਫਿਰਦਾ, ਥੱਕਿਆ ਤਾਂ ਨਹੀਂ ਹਲੇ ਹਜੇ ਤੱਕ ਤਾਂ ਨਹੀਂ ਜਾਣ ਕੁਛ ਖਵਾ ਦੇਣਾ ਮੈਨੂੰ ਯਾਰ। ਆ ਵਧੀਆ ਮਾਹੌਲ ਆ ਅਸਲੀ ਹਾਂ ਮੌਂਕੀ ਤੇ ਹਾਂ ਬੜਾ ਮੌਂਕੀ ਨਹੀਂ ਹੈਗਾ ਇਹ ਮੰਕੀ ਨਹੀਂ ਹੈਗਾ ਬੇਟਾ ਇਹ ਤਾਂ ਬੀ ਲੱਗ ਗਏ ਮੈਨੂੰ। ਚਲੋ ਖਾਈਏ ਸ਼ਹਿਦ ਦੀ ਮੱਖੀ ਮੈਨੂੰ ਦੋ। ਚਲ ਅੱਜ ਚੱਲੀਏ ਹੁਣ ਵੇਟ ਕਰ ਰਿਹਾ ਫੂਡ ਦੀ ਭੁੱਖ ਲੱਗਿਆ ਜੀ। ਆਰਡਰ ਵੀ ਵੱਡੇ ਹੀ ਕਰਦਾ ਹੁੰਦਾ ਇਹ ਇੱਕ ਇੱਕ ਬਰਗਰ ਆ ਤੇ ਇੱਕ ਇੱਕ ਰੋਲ ਆ ਉੱਥੇ ਬਹਿੰਦੇ ਆਪਾਂ ਟਾਈਮ ਲੱਗੂ ਆ ਜਾਣਾ ਛੇਤੀ ਇਹਨਾਂ ਦੇ ਕਿਹੜਾ ਆਰਡਰ ਬਾਹਲੇ ਆ ਦੋ ਤਾਂ ਬੰਦੇ ਸੀ ਥੱਕ ਗਿਆ ਓਏ ਚੌਧਰੀ ਉਹ ਚੌਧਰੀ ਆ ਚੱਲੀ ਇੱਧਰ 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 ਸਰ ਲੈਫਟ ਰਾਈਟ ਚੱਲੀ ਥੱਲੇ ਲਓ ਵੀ ਮਕੜੋ ਸ਼ੋਪਿੰਗ ਹੋ ਗਈ ਆ ਮਾਲ ਤੋਂ ਬਾਹਰ ਨਿਕਲਦੇ ਸਾਰ ਹੀ ਕਿਆ ਮਾਹੌਲ ਆ ਯਾਰ ਕਿਉਂ ਸਲੀਮ ਵਧੀਆ ਮਾਹੌਲ ਆ ਇੱਕ ਨੰਬਰ ਮਾਹੌਲ ਮਾਹੌਲ ਪੂਰਾ ਘੈਂਟ ਹੈ। ਚਲੀਏ ਫਿਰ ਜਾਕੀ ਤਾਂ ਆਪਣੇ ਨਾਲ ਹੀ ਆ ਹਾਂਜੋ ਹਬੀਬੀ ਕੰਪਿਊਟਰ ਬਾਈ ਚਲੋ ਵੀ ਥੱਕ ਥੱਕ ਹੰਭ ਕੇ ਹਾਰ ਕੇ ਅਸੀਂ ਸ਼ੋਪਿੰਗ ਕਰਕੇ ਅਤੇ ਚੱਲੇ ਹਾਂ ਕਿਉਂ ਅਸਲੀ ਮੈਂ ਗੱਡੀ ਦੇ ਕੋਲ ਪਹੁੰਚ ਗਏ ਆਪਾਂ ਆਪਣੀ ਸਮਾਨ ਰੱਖ ਦਈਏ ਟਰੱਕ ਵਨ ਬਾਏ ਵਨ ਅਸੀਂ ਐਂ ਲੈ ਕੇ ਅੱਜ ਚੌੜਾ ਹੋਇਆ ਫਿਰਦਾ ਹੈ। ਚਲੀਏ ਫਿਰ ਕਰਨੂ ਜੇਕਾ ਓਕੇ ਬਾਬਾ ਚੱਲ ਵੀ ਚੱਕੀ ਕਿ ਤੈਨੂੰ ਨਹੀਂ ਪਤਾ ਲੱਗਣਾ ਵੀ ਕਿੰਨੇ ਵੱਜ ਗਏ ਅੰਦਰ ਜੇ ਤੂੰ ਟਾਈਮ ਨਾ ਦੇਖੇ ਤਾਂ ਯਾਰ ਅਸੀਂ ਕਿਸੇ ਨੇ ਟਾਈਮ ਨਹੀਂ ਦੇਖਿਆ ਆਪਾਂ ਆਏ ਸੀਗੇ ਕਿੰਨੇ ਕੁ ਵਜੇ ਆਏ ਸੀ ਆਪਾਂ ਸਾਢੇ ਸੱਤ ਅੱਠ ਵਜੇ ਅਤੇ ਹੁਣ ਵੱਜਦੇ 11 ਚਲ ਉਹਦੇ ਬਾਰੇ ਤਾਂ ਆਪਾਂ ਕੀ ਡਿਸਕਸ ਕਰਨਾ ਚਲੋ ਠੀਕ ਆ ਜੀ ਬਾਬਾ ਮਿਲਦੇ ਅਗਲੇ ਵਲੋਗ ਚ ਮਿਲਦੇ ਫਿਰ।
ਉਹ ਲਾਂਸਰ ਜਾਂਦੀ ਵੱਢਦੀ ਫਾਹੇ ਜੀ। ਲਾ ਦੇ ਲਾ ਦੇ ਲਾ ਦੇ। ਚੱਲ ਵੀ ਮੱਖਣਾ ਜ਼ਿਆਦਾ ਪਿੱਛੇ ਨਹੀਂ ਲਾਦੀ, ਜ਼ਿਆਦਾ ਪਿੱਛੇ ਤਾਂ ਨਹੀਂ। ਆ ਜਾ ਆ ਜਾ, ਹਾਂ ਮੈਂ ਚੱਕ ਲਈ। ਚਲੀਏ ਫਿਰ, ਹੈਂ ਲਾਂਸਰ ਵੱਢਦੀ ਜਾਂਦੀ ਫਾਹੇ ਜੀ। ਓ ਮਸਤਾਂਗ, ਠੀਕ ਹੈ। ਚਲ ਵੀ ਸਮਾਨ ਫੜਾ ਦੇ, ਚਲੀ ਆਸੂ ਪੁੱਤ, ਗੁੱਡ ਨਾਈਟ ਕਰਦੀ ਫਿਰ। ਚਲੋ ਜੀ ਗਾਈਜ਼, ਚਲੋ ਜੀ ਗਾਈਜ਼, ਗੁੱਡ ਨਾਈਟ, ਬਾਬਾ। ਮਿਲਦਾ ਫਿਰ ਨੈਕਸਟ ਵਲੌਗ ਦੇ ਵਿੱਚ, ਪਿਆਰ ਮੁਹੱਬਤ ਸਾਨੂੰ ਆਈ ਬਖਸ਼ ਦਿੰਦੇ ਰਹੋ, ਬਾਬਾ।